ਮਾਰ ਪਰ ਜਿਹੜਾ ਦੂਜਾ ਕਾਨੂੰਨ ਲਗਾ ਦਿੱਤਾ ਵਿਆ ਤੇ ਇਹ ਮੈਂ ਕਿ ਬਾਕੀ ਸਰਕਾਰ ਨੇ ਜਿਹੜਾ ਸੋਚ ਸਮਝ ਕੇ ਲਾਇਆ ਹੋਏਗਾ ਨਾ ਕਿ ਐਚ ਪਰੇਸ਼ਾਨੀ ਕੀ ਆ ਕਾਰਨ thì ਦੱਸੋਗੇ ਪਰੇਸ਼ਾਨੀ ਮਤਲਬ ਪਤਾ ਤਾਂ ਹੀ ਲੱਗੇਗਾ ਨਾ ਪਰੇਸ਼ਾਨੀ ਤੁਹਾਨੂੰ ਦੱਸੀ ਦੀਗੀ ਪਰੇਸ਼ਾਨੀ ਇਹ ਆ ਕਿ ਜਿਹੜੇ ਹੌਲਮਾਰਕ ਸੈਂਟਰ ਨੇ ਜਦ ਪਿੰਡਾਂ 'ਚ ਲੋਕ ਬੈਠੇ ਨੇ ਉਹ ਮਲ ਕਿਤਨਾ ਆਣ ਕੇ ਹੌਲਮਾਰਕ ਕਰਾਉਣ ਵਾਸਤੇ ਇਹ ਐਚ ਜੂ ਆਈ ਦਾ ਮਤਲਬ ਆ ਇਹ ਸਾਖ ਕਿਤਾਬ ਦੀ ਗੱਲ ਆ ਇਨੇ ਪਹਿਲੇ ਸਾਡੇ ਸਵਰਨਗਾਂ ਜਿਹੜੇ ਉਹ ਇੰਨੇ ਪੜੇ ਲਿਖੇ ਨਹੀਂ ਗੇ ਗਾਂ ਚਲੋ ਬੱਚੇ ਥੋੜੇ ਬੋਦੇ ਪੜੇ ਲਿਖੇ ਆ ਪਹਿਲੇ ਸਮਾਇਨੇ ਸਾਡੇ ਕੋਈ ਪੜਿਆ ਨਹੀਂ ਚਾਹੀਗਾ ਉਹ ਕਿਸ ਤਰ੍ਹਾਂ ਕੰਪਿਊਟਰ ਲਾਉਣੇ ਕਿਸ ਤਰ੍ਹਾਂ ਐਚ ਯੂ ਆਈ ਡੀ ਲਾਉਣਗੇ ਕਿਸ ਤਰ੍ਹਾਂ ਕਰਨਗੇ ਕਿਸ ਤਰ੍ਹਾਂ ਨਹੀਂ ਕਰਨਗੇ ਅੱਜ ਸਾਡਾ ਮਾਲ ਜਿਹੜਾ ਹੋਲ ਮਾਰਕੈਂਟ ਸੈਂਟਰ ਆਵੇ ਉੰਜੀ 20 20 ਦਿਨਾਂ 25 25 ਦਿਨ ਮਾਲ ਲੇਟ ਹੋਣ ਡਿਆ ਜਿਹਨਾਂ ਦੇ ਵਿਆਹ ਸ਼ਾਦੀ ਆ ਲੋਕੀ ਅੱਜ ਕੱਲ ਕਰਦੇ ਕੀ ਆ ਸਾਡਾ ਸਵੇਰੇ ਵਿਆਹ ਹੁੰਦਾ ਵਾ ਇੱਕ ਦਿਨ ਪਹਿਲਾਂ ਆ ਕੇ ਜੁਵੈਲੀ ਖਰੀਦਦੇ ਆ ਜੁਵੈਲੀ ਖਰੀਦ ਕੇ ਲੈ ਜਾਂਦੇ ਆ ਹੁਣ 20-20 ਦਿਨ 25-25 ਦਿਨ ਹੋਲਮਾਰਕ ਸੈਂਟਰ ਤੋਂ ਹੋਲਮਾਰਕ ਹੀ ਨਹੀਂ ਹੋ ਰਿਹਾ ਇਸ ਤਰ੍ਹਾਂ ਕੰਮ ਚੱਲੇਗਾ ਸਾਡਾ ਕਾਰੋਬਾਰ ਤੇ ਬਿਲਕੁਲੀ ਡਾਵਾ ਡੋਲ ਹੋ ਚੁੱਕਾ ਹੈ ਜੇ ਮੋਦੀ ਸਰਕਾਰ ਨੇ ਐਚ ਜੀ ਆਈ ਡੀ ਕਾਨੂੰਨ ਆਪਣਾ ਵਾਪਸ ਨਹੀਂ ਲਿਆ ਤੇ ਫਿਰ ਸਾਡਾ ਸਗਰਨਾ ਕਿਸਾਨ ਬੈਠੇ ਆ ਦਿੱਲੀ ਜਾ ਕੇ ਤੇ ਸਾਡਾ ਯੂਨਟ ਜਾ ਕੇ ਉੱਥੇ ਬੈਠੇ ਹੈ ਜੀ ਆਈ ਡੀ ਕੋਡ ਲੱਗਾ ਅਸੀਂ ਉਹਦਾ ਵਿਰੋਧ ਕਰਦੇ ਆਂ ਜਿਹੜਾ ਹੋਲਮਾਰਕਿੰਗ ਆ ਅਸੀਂ ਉਹਦਾ ਸਮਰਥਨ ਦਿੰਦੇ ਆਂ ਅੱਗੇ ਵੀ ਜਿਹੜਾ ਹੋਲਮਾਰਕ ਦਾ ਜਿਹੜਾ ਸਮਾਨ ਪਹਿਲੇ ਚੱਲਿਆ ਸੀਗਾ ਜਿਹੜੇ ਤਿੰਨ ਨੰਬਰ ਲੱਗ ਰਹੇ ਨੇ ਉੱਥੇ ਅਸੀਂ ਉਹਦੇ ਨਾਲ ਸਹਿਮਤ ਆ ਜਿਹੜੇ UID ਕੋਡ ਅਸੀਂ ਉਹਦੇ ਨਾਲ ਸਹਿਮਤ ਨਹੀਂ ਕਾਰਨ ਕਿ ਜਿਹੜਾ ਸਾਡਾ ਸਵਰਨਕਾਰ ਹੈ ਉਹਦਾ ਪੜਿਆ ਲਿਖਿਆ ਨਹੀਂ ਹੈਗਾ ਇਹ ਜਿਹੜੇ UID ਕੋਡ ਹੈ ਮਲਟੀਨੇਸ਼ਨਲ ਕੰਪਨੀਆਂ ਜਿਹਨਾਂ ਦਾ 100-100 ਕਿਲੋ 1000-1000 ਕਿਲੋ ਸੋਨਾ ਇੱਕ ਵਾਰੀ ਅੰਦਰ ਵੜਦਾ ਉਹਦੀ ਮੈਨੂਫੈਕਚਰਿੰਗ ਹੋ ਕੇ ਬਾਹਰ ਆਂਦੀ ਹੈ ਉਹਨਾਂ ਤੇ ਲਾਗੂ ਹੁੰਦਾ ਹੈ ਵਾ ਗਵਰਨਮੈਂਟ ਦਾ ਕੰਮ ਹੈ ਕਾਰੀਗਰ ਬਸਾਣਾ ਇੰਡਸਟਰੀ ਬਸਾਣੀ ਉਹਨੂੰ ਜਾ 956 ਜਿਹੜੇ ਆਪਣੇ ਜ਼ਿਲ੍ਹੇ ਨੇ ਹਿੰਦੁਸਤਾਨ ਦੇ ਵਿੱਚ 226 ਦੇ ਵਿੱਚ ਜਿਹੜਾ ਹੈਗਾ ਹੋਲ ਮਾਰਕ ਸੈਂਟਰ ਹੈਗੇ ਬਾਕੀ ਆਈਡੀ ਦਾ ਅਸੀਂ ਇਹਦਾ ਵਿਰੋਧ ਕਰਦੇ ਹਾਂ ਕਿ ਕਾਨੂੰਨ ਨਹੀਂ ਲੱਗਣਾ ਚਾਹੀਦਾ ਕਿਉਂਕਿ ਇਹਦਾ ਇਹਦੇ ਨਾਲ ਆਉਣ ਵਾਲਾ ਜਿਹੜਾ ਸਾਮਾਨ ਹੈ ਸਨਕਾਰ ਸੰਭਰਾਵਾਂ ਦਾ ਜੋ ਬਹੁਤ ਮਹਾਰਾ ਹੈ 800 ਕਿੰਨੇ ਜ਼ਿਲ੍ਹੇ ਆ ਅਜੇ ਤੱਕ ਇਹਨਾਂ ਕੋ 256 ਹੋਲ ਮਾਰਕ ਸੈਂਟਰ ਮਗੀ ਸਿਰਫ ਤਿਆਰ ਹੋਇਆ ਇਹਦਾ ਮਤਲਬ ਸਰਕਾਰ ਕੋ ਅਜੇ ਤੱਕ ਪੂਰਾ ਮਗੀ ਇਹਦਾ ਸਿਸਟਮ ਵੀ ਨਹੀਂ ਤਿਆਰ ਹੋਇਆ ਤੇ ਇਹਨੇ ਸਾਡੇ ਦੇ ਇਹ ਇਹ ਵਾਲਾ ਕਾਨੂੰਨ ਮਗੀ ਲਾਗੂ ਕਰਦਾ ਹੈ ਇਸ ਕਾਨੂੰਨ ਸਾਡੇ ਦੇ ਲਾਗੂ ਕਰਨ ਦਾ ਇਹ ਮਤਲਬ ਹੈ ਕਿ ਸਾਡੇ ਕਈ ਛੋਟੇ ਕਾਰੋਬਾਰੀ ਜਿਹੜੇ ਛੋਟੇ ਸੌਣਕਾਰ ਸਾਡੇ ਭਰਾ ਨੇ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਬ੍ਰੈਂਡਰ ਕੰਪਨੀਆਂ ਜਿਹੜਾ ਮਾਲ ਵੇਚਣਾ ਚਾਹਦੀਆਂ ਉਹ ਵੇਚਣ ਜਿਹੜੇ ਛੋਟੇ ਕਾਰੀਗਰ ਛੋਟੇ ਦਾਰੇ ਦੇ ਮਾਲਕਾ ਉਹਨਾਂ ਨੂੰ ਇਹਦੇ ਚਾਰੋ ਇਸ ਕਾਨੂੰਨ ਚੋਂ ਬਾਹਰ ਮੋੜ ਕੱਢਿਆ ਜਾਵੇ लाइव अम्बरसर न्यूज़ देख रहे हैं सभी दर्शकों को अजय अरोड़ा की तरफ से जय माता दी हम खड़े हैं हीरा मार्केट में आज मीटिंग की गई थी जिस जिले की अध्यक्षता में जिसमें अखिल भारतीय स्वर्ण संघ पैंतीस पैंतालीस ऑल इंडिया सेक्रेटरी लखवीर सिंह लखा जी विशेष रूप से यहाँ उपस्थित हुए और पंजाब प्रधान अश्विनी नामे शाह भी अपनी टीम के साथ उपस्थित हुए इन्होंने मीटिंग की मीटिंग में फैसला किया कि जो एच यू आई डी कोड है इसको सरकार वापस ले लेड़मार का जो वेलकम है एच यू आई डी को गो बैक के इन्होंने नारे लगाए हैं जो एच यू यू आई डी का कोड है इन इसको लेकर इन्होंने विरोध किया है इन्होंने कहा है इंडिया में 800 सौ साढ़े आठ सौ के करीब जिले हैं ढाई सौ के करीब जिलों में कानून पास किया गया है यहाँ पर विरोध किया जा रहा है एच यू आई डी को लेकर इन्होंने कहा है कि सरकार ने ये जो कानून है वापस नहीं लिया गया तो हम ਆਪਣੇ ਜੋ ਹੈ ਪ੍ਰਦਰਸ਼ਨ ਤੇਜ ਕਰਨਗੇ ਸਰਕੋ ਉਪਰ ਦਰਨੇ ਲਗਾਏਗੇ ਜੈ ਮਾਤਾ ਦੀ ਜੈ ਮਾਤਾ ਦੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਮੱਕ ਸਰ ਇਹ ਜਿਹੜਾ ਤੁਸੀਂ ਕਹਿ ਰਹੇ ਹੋ ਮੱਕ ਤੁਹਾਨੂੰ ਜਿਹੜਾ ਐਚ ਯੂ ਆਈ ਡੀ ਯੂਨਿਕ ਕੋਡ ਦਾ ਕੀ ਦਿੱਕਤ ਆ ਰਹੀ ਆ ਲਖਵੀਰ ਸਿੰਘ ਲਖਾ ਅਕਲ ਭਾਰਤੀਆ ਸਵਰਨਕਾ ਸੰਗ 35 45 ਦਾ ਸੈਕਟਰੀ ਆ ਸਾਡੇ ਪ੍ਰਧਾਨ ਕਸ਼ਮੀਰ ਸਿੰਘ ਜੀ ਰਾਜਪੂਤ ਤੇ ਮਸਲਾ ਇਹ ਆ ਜਿਹੜੇ ਸਰਕਾਰ ਨੇ ਇੱਕ ਨਵਾਂ ਕਾਨੂੰਨ ਐਚ ਯੂ ਆਈ ਡੀ ਸਾਡੇ ਤੇ ਲਾਇਆ ਉਹ ਬੜਾ ਗਲਤ ਕਾਨੂੰਨ ਆ ਮਤਲਬ ਇਹ ਆ ਕਿ ਸਾਡੇ ਦਾਦਾ ਪਰਦਾਦਾ ਸ਼ੁਰੂ ਤੋਂ ਲੈ ਕੇ ਅੱਜ ਤੱਕ ਹੋਲਮਾਰਕ ਵੀ ਮਾਲ ਵੇਚਦੇ ਆਏ ਆ ਅੱਗੇ ਵੀ ਹੋਲਮਾਰਕ ਹੀ ਮਾਲ ਵੇਚਣਗੇ ਤੇ ਗਾਂ ਜਿਹੜੇ ਸਾਡੇ ਵੀ ਬੱਚੇ ਵੀ ਹੋਮਾ ਹੋਲਮਾਰਕੀ ਮਾਲ ਵੇਚਣਗੇ ਸਾਨੂੰ ਹੋਲਮਾਰਕ ਤੋਂ ਕੋਈ ਦਿੱਕਤ ਨਹੀਂ ਅਸੀਂ ਪਹਿਲਾਂ ਵੀ ਹੋਲਮਾਰਕ ਵੇਚ ਰਹੇ ਹਾਂ ਅੱਜ ਵੀ ਹੋਲਮਾਰਕ ਵੇਚ ਰਹੇ ਹਾਂ ਸਾਨੂੰ ਦਿੱਕਤ ਹੈ ਐਚਜੀ ਐਚਯੂਆਈਡੀ ਕਾਨੂੰਨ ਤੋਂ ਜਿਹੜਾ ਸਰਕਾਰ ਨੇ ਨਵਾਂ ਜਿਹੜੇ ਮਤਲਬ ਤੁਸੀਂ ਵਿਰੋਧ ਕਰ ਰਹੇ ਹੋ ਪਰ ਇਹਦਾ ਫਾਇਦਾ ਨਹੀਂ ਹੈ ਜੋ ਸਰਕਾਰ ਨੇ ਕੋਈ ਸੋਚ ਸਮੇ ਕੇ ਕਾਨੂੰਨ ਲਗਾਇਆ ਨਾ ਇਹ ਵੇਖੋ ਜੀ ਮਸਲਾ ਇਹ ਆ ਸਾਡੇ ਹਿੰਦੁਸਤਾਨ ਦੇ ਵਿੱਚ 852 ਜ਼ਿਲ੍ਹੇ ਨੇ ਹਜੇ ਸਰਕਾਰ ਨੇ 256 ਜ਼ਿਲ੍ਹਿਆਂ ਦੇ ਵਿੱਚ ਮਲਹੌਲ ਮਾਰਕ ਚਾਲੂ ਕੀਤਾ ਜਦ ਕਿ 856 ਜ਼ਿਲ੍ਹਿਆਂ ਦੇ ਵਿੱਚੋਂ ਮਲ 30% ਸਮਝ ਲਓ ਮੰਨ ਲਓ ਪੰਜੀ 30% ਹੌਲਮਾਲ ਸ਼ੁਰੂ ਹੈ ਤੇ ਉਹਨਾਂ ਕਾਨੂੰਨ ਲਾਗੂ ਕਰ ਦੇਣਗੇ 251 ਦੇ ਵਿੱਚ ਕੀਤਾ ਬਾਕੀ ਅਚ ਕਿਉਂ ਨਹੀਂ ਕੀਤਾ ਇਹ ਤਾਂ ਸਰਕਾਰ ਦੱਸੇ ਕਿ ਕਿਉਂ ਕਿਉਂ ਨਹੀਂ ਕੀਤਾ ਸਾਡਾ ਕਹਿਣ ਦਾ ਮਸਲਾ ਇਹ ਆ ਜੇ ਤੁਸੀਂ 30% ਤੁਸੀਂ ਅਜੇ ਤੁਹਾਡਾ ਹੋਲਮਾਰਕ ਪੂਰਾ ਨਹੀਂ ਹੋਇਆ ਕਾਨੂੰਨ ਤੁਸੀਂ ਲਾਗੂ ਕਰਦਾ ਮਸਲਾ ਇਹ ਆ ਪਿੰਡ ਵਸਿਆ ਨਹੀਂ ਚੋਰ ਪਹਿਲੋਂ ਆ ਗਏ ਜਿੱਦਾਂ ਪਿੰਡ ਵਸਿਆ ਨਹੀਂ ਡਾਕੂ ਪਹਿਲੋਂ ਆ ਗਏ ਉਹ ਅਜੇ ਪਹਿਲੋਂ ਆਪਣਾ ਮਤਲਬ ਬਣਾ ਤੇ ਲੋ ਪੂਰੇ ਸੈਂਟਰ ਤੇ ਬਣਾ ਲਓ ਜਦੋਂ ਸੈਂਟਰ ਬਣਾ ਲਓਗੇ ਉਦੋਂ ਕਾਨੂੰਨ ਲਾਗੂ ਕਰ ਦੇਣਾ ਮਸਲਾ ਇਹ ਆ ਕਿ ਸਾਡੇ ਤੇ ਛੋਟੇ-ਛੋਟੇ ਕਾਰੀਗਰ ਨੇ ਜਿਹੜੇ 25-30 ਪੀਸ ਤੋਂ ਘੱਟ ਹੋਲਮਾਰਕ ਆਲੇ ਐਚਯੂਆਈਡੀ ਜਾਂ ਹੋਲਮਾਰਕ ਨਹੀਂ ਕਰਦੇ ਹੁਣ ਜਿਹੜੇ ਬੰਦੇ ਸਾਡੇ 2 ਮੁਦਰੀਆਂ ਜਾਂ 4 ਮੁਦਰੀਆਂ ਬਣਾਉਣ ਵਾਲੇ ਬੰਦੇ ਨੇ ਉਹ ਕਿੱਥੇ ਜਾਣਗੇ ਸਰਕਾਰ ਵੀ ਜੇ ਵੀ ਸਰਕਾਰ મોદી ਸਰਕਾਰ ਦਾ ਕਿਉਂਕਿ મોદી ਸਰਕਾਰ ਨੇ ਕਾਨੂੰਨ ਬਣਾਇਆ ਮਸਲਾ ਇਹ ਆ ਕਿ ਫਿਰ ਲੋ ਤੇ ਕਰੋਨਾ ਜੋਗਾ 2020 ਚ ਵੀ ਅਸੀਂ ਕਰੋਨਾ ਚ ਪਰੇਸ਼ਾਨ ਰਹੇ ਹਾਂ 2021 ਚ ਵੀ ਅਸੀਂ ਕਰੋਨਾ ਚ ਪਰੇਸ਼ਾਨ ਰਹੇ ਹਾਂ ਸਾਡਾ ਕਾਰੋਬਾਰ ਅੱਗੇ ਹੀ ਬੰਦ ਪਿਆ ਇਹਨਾਂ ਨੇ ਕਰੋਨਾ ਦੇ ਵਿੱਚ ਹੀ ਜਾਨ ਬੁਝ ਕੇ ਸਾਡੇ ਤੇ ਕਾਨੂੰਨ ਲਾਗੂ ਕਰਤਾ ਜਦ ਕਿ ਅੱਗੇ ਪਰੇਸ਼ਾਨ ਸਾਨੂੰ 또 ਹੋਰ ਪਰੇਸ਼ਾਨ ਕਰਤਾ ਸਰ ਜਿਸ ਤਰ੍ਹਾਂ ਹੋਲ ਮਾਰਕ ਲੱਗਦਾ ਸੀ ਹੋਲ ਮਾਰਕ ਤੋਂ ਉਹ ਮੈਂ ਕਿਹਾ ਹੌਲਮਾਰਕ ਤੇ ਬਿਲਕੁਲ ਸਹੀ ਸੀ ਨਾ ਇਹ ਹੌਲਮਾਰਕ ਦੇ ਨਾਲ ਜਿਹੜਾ ਦੂਜਾ ਕਾਨੂੰਨ ਲਗਾ ਦਿੱਤਾ ਵਿਆ ਤੇ ਇਹ ਮੈਂ ਕਿਹਾ ਬਾਕੀ ਸਰਕਾਰ ਨੇ ਜਿਹੜਾ ਸੋਚ ਸਮਝ ਕੇ ਲਾਇਆ ਹੋਏਗਾ ਨਾ ਕਿ ਇਹ ਚ ਪਰੇਸ਼ਾਨੀ ਕੀ ਆ ਕਾਰਨ ਤੇ ਦੱਸੋਗੇ ਪਰੇਸ਼ਾਨੀ ਮਤਲਬ ਪਤਾ ਤਾਂ ਹੀ ਲੱਗੇਗਾ ਨਾ ਪਰੇਸ਼ਾਨੀ ਤੁਹਾਨੂੰ ਦੱਸੀ ਗਈ ਪਰੇਸ਼ਾਨੀ ਇਹ ਆ ਕਿ ਜਿਹੜੇ ਹੌਲਮਾਰਕ ਸੈਂਟਰ ਨੇ ਜਦ ਪਿੰਡਾਂ 'ਚ ਲੋਕ ਬੈਠੇ ਨੇ ਹਾਂਜੀ ਉਹ ਮਲਕ ਕਿਤਨਾ ਆਣ ਕੇ ਹੌਲਮਾਰਕ ਕਰਾਉਣ ਵਾਸਤੇ ਅੱਛਾ ਜੀ ਇਹ ਐਚਯੂਆਈ ਦਾ ਮਤਲਬ ਆ ਇਹ ਸਾਖ-ਕਿਤਾਬ ਦੀ ਗੱਲ ਆ ਇਨੇ ਪਹਿਲੇ ਸਾਡੇ ਸਵਰਨਗਾਂ ਜਿਹੜੇ ਉਹ ਇੰਨੇ ਪੜੇ ਲਿਖੇ ਨਹੀਂ ਗਏ ਗਾਂ ਚਲੋ ਬੱਚੇ ਥੋੜੇ ਬੋਦੇ ਪੜੇ ਲਿਖੇ ਆ ਪਹਿਲੇ ਸਮਿਆਂ ਨੇ ਸਾਡੇ ਕੋਈ ਪੜੇ ਲਿਖਿਆ ਨਹੀਂ ਹੈਗਾ ਉਹ ਕਿਸ ਤਰ੍ਹਾਂ ਕੰਪਿਊਟਰ ਲਾਉਣੇ ਕਿਤਨਾ ਐਚਯੂਆਈਡੀ ਲਾਉਣਗੇ ਕਿਸ ਤਰ੍ਹਾਂ ਕਰਨਗੇ ਕਿਸ ਤਰ੍ਹਾਂ ਨਹੀਂ ਕਰਨਗੇ ਅੱਜ ਸਾਡਾ ਮਾਲ ਜਿਹੜਾ ਹੌਲ ਮਾਰਕ ਸੈਂਟਰਾਂ ਦੇ ਉਂਜੀ 20-20 ਦਿਨ 5-5 ਦਿਨ ਮਾਲ ਲੇਟ ਹੋਣ ਡਿਆ ਜਿਹੜਾ ਦੇ ਵਿਆਹ ਸ਼ਾਦੀ ਆ ਲੋਕੀ ਅੱਜਕੱਲ ਕਰਦੇ ਕੀ ਆ ਸਾਡਾ ਸਵੇਰੇ ਵਿਆਹ ਹੁੰਦਾ ਵਾ ਇੱਕ ਦਿਨ ਪਹਿਲਾਂ ਆ ਕੇ ਜੁਵੈਲੀ ਦੀ ਖਰੀਦਦੇ ਆ ਜੁਵੈਲੀ ਖਰੀਦ ਕੇ ਲੈ ਜਾਂਦੇ ਆ ਹੁਣ 20 20 ਦਿਨ 25 25 ਦਿਨ ਹੌਲਮਾਰਕ ਸੈਂਟਰ ਤੋਂ ਹੌਲਮਾਰਕ ਹੀ ਨਹੀਂ ਹੋ ਰਿਹਾ ਤੇ ਕਿਸ ਤਰ੍ਹਾਂ ਕੰਮ ਚੱਲੇਗਾ ਸਾਡਾ ਕਾਰੋਬਾਰ ਤੇ ਬਿਲਕੁਲ ਹੀ ਡਾਵਾ ਡੋਲ ਹੋ ਚੁੱਕਾ ਹੈ ਜੇ ਮੋਦੀ ਸਰਕਾਰ ਨੇ ਐਚ ਜੁਆਈ ਆਈ ਡੀ ਕਾਨੂੰਨ ਆਪਣਾ ਵਾਪਸ ਨਹੀਂ ਲਿਆ ਤੇ ਫਿਰ ਸਾਡਾ ਸੰਘਰਸ਼ ਤੇਜ ਹੋਏਗਾ ਜਿਤਨਾ ਕਿਸਾਨ ਬੈਠੇ ਹੈ ਦਿੱਲੀ ਜਾ ਕੇ ਤੇ ਸਾਡਾ ਯੂਨਟ ਜਾ ਕੇ ਉੱਥੇ ਬੈਠੇਗਾ ਕਿਉਂਕਿ ਇਹਨਾਂ ਨੇ ਕਿਸਾਨਾਂ ਤੇ ਵੀ ਕਰੋਨਾ ਦੇ ਵਿੱਚ ਹੀ ਕਾਨੂੰਨ ਲਾਗੂ ਕੀਤਾ ਵਾ ਸਾਡੇ ਤੇ ਵੀ ਕਾਨੂੰਨਾਂ ਦੇ ਵੀ ਕਰੋਨਾ ਦੇ ਵਿੱਚ ਹੀ ਕਾਨੂੰਨ ਲਾਗੂ ਕੀਤਾ ਇਹ ਸਾਰੀ ਸਰਕਾਰ ਦੀ ਸਰਕਾਰ ਵੱਡੀਆਂ ਇੰਡਸਟਰੀਆਂ ਦੇ ਅੱਗੇ ਵਿਕ ਚੁੱਕੀ ਐ ਜਿਹੜਾ ਇੰਡਸਟਰੀ ਲੈਵਲ ਦਾ ਕੰਮ ਆ ਉਹ ਐਜੂਆਈਡੀ ਕਰ ਸਕਦਾ ਕਿਉਂਕਿ ਉਹਦੇ ਅੰਦਰ ਮਾਲ ਜਾਂਦਾ ਉਹਦੇ ਅੰਦਰ ਮੰਨ ਲਓ 100 ਗ੍ਰਾਮ ਸੋਨਾ ਜਾਂਦਾ 100 ਗ੍ਰਾਮ ਸੋਨੇ ਦੇ ਅੰਦਰ ਉਹਦੇ ਕਾਰਖਾਨੇ ਅੰਦਰ ਹੀ ਤਾਰ ਪਤਰੀ ਨਿਕਲਦੀ ਔਰ ਇੱਕ ਕਾਰਖਾਨੇ ਅੰਦਰ ਹੀ ਮੀਨਾ ਹੁੰਦਾ ਉਹਦੇ ਕਾਰਖਾਨੇ ਅੰਦਰ ਹੀ ਛਲਾਈ ਹੁੰਦੀ ਔਰ ਸਾਰਾ ਸਿਸਟਮ ਅੰਦਰ ਬਣਿਆ ਆ ਉਹਦਾ ਲੈਵਲ ਲਾ ਕੇ ਬਾਹਰ ਹੁੰਦਾ ਉਹ ਇੰਡਸਟਰੀ ਨੂੰ ਕੋਈ ਫਰਕ ਨਹੀਂ ਪੈਣਾ ਸਾਡੇ ਜਿਹੜੇ ਬੰਦੇ ਆ ਜਿਹਦੇ ਨਾਲ 13 14 ਬੰਦੇ ਜੁੜੇ ਆ ਪਹਿਲੋਂ ਤਾਰ ਪਤਰੀ ਤੇ ਮਾਲ ਜਾਂਦਾ ਫਿਰ ਮਾਲ ਚਲਾਈ ਤੇ ਜਾਂਦਾ ਫਿਰ ਪਾਲਸ ਤੇ ਜਾਂਦਾ ਮੀਨੇ ਤੇ ਜਾਂਦਾ ਨਗ ਜੜਾਈ ਹੁੰਦੀ ਆ ਇੰਨੇ ਲੇਬਰ ਸਾਰੀ ਕਿੱਥੇ ਜਾਏਗੀ ਇਹ ਸਾਰੀ ਲੇਬਰ ਸਾਡੀ ਬਰਬਾਦ ਹੋ ਜਾਏਗੀ ਤੇ ਅਸੀਂ ਆਪਣੀ ਲੇਬਰ ਬਰਬਾਦ ਨਹੀਂ ਹੋਣ ਦੇਣੀ ਇਹ ਜਿਹੜੇ ਸਾਡੇ ਛੋਟੇ ਸਵਰਨਗਾਰਾ ਉਹਨਾਂ ਨੂੰ ਬਰਬਾਦ ਕਰਨ ਦੀ ਸਰਕਾਰ ਦੀ ਨਵੀਂ ਸਾਜ਼ਿਸ਼ ਰਚੀ ਗਈ ਹੈ ਇਹ ਵੱਡੀਆਂ ਇੰਡਸਟਰੀਆਂ ਦੇ ਪਿੱਛੇ ਵਿਕ ਚੁੱਕੀ ਹੈ ਇਹਨਾਂ ਇੰਡਸਟਰੀਆਂ 'ਚ ਰਿਲਾਇੰਸ ਵੀ ਹੈ ਇਹਨਾਂ ਏਜੰਸੀਆਂ ਦਾ ਡਾਨੀ ਆ ਵਾਨੀ ਆ ਸਾਰੇ ਇਹ ਚਾਹਦੇ ਆ ਕਿ ਅੱਜ ਇਹ ਸੂਈ ਤੋਂ ਲੈ ਕੇ ਪਹਾੜ ਤੱਕ ਇਹ ਵੇਚ ਰਹੇ ਨੇ ਸਬਜੀ ਇਹ ਵੇਚ ਰਹੇ ਆਏ ਵੇਚ ਰਹੇ ਨੇ ਹਰ ਚੀਜ਼ ਇਹ ਵੇਚ ਰਹੇ ਨੇ ਸਾਰੀਆਂ ਚੀਜ਼ਾਂ ਇਹ ਵੇਚ ਰਹੇ ਨੇ ਇਹ ਹੁਣ ਕਹਿੰਦੇ ਕਿ ਸੋਨਾ ਵੀ ਅਸੀਂ ਵੇਚੀਏ ਜੋ ਨਹੀਂ ਹੋ ਸਕਦਾ ਇਸ ਕਰਕੇ ਅਸੀਂ ਇੱਥੇ ਕਾਨੂੰਨਾਂ ਦੇ ਖਿਲਾਫ ਆ ਸਾਨੂੰ ਹੋਲਮਾਰਕ ਤੋਂ ਕੋਈ ਦਿੱਕਤ ਨਹੀਂ ਅਸੀਂ ਪਹਿਲਾਂ ਵੀ ਹੋਲਮਾਰਕ ਵੇਚਦੇ ਸੀ ਅਸੀਂ ਅੱਜ ਵੀ ਹੋਲਮਾਰਕ ਵੇਚਦੇ ਆਂ ਅਸੀਂ ਗਾਂ ਵੀ ਹੋਲਮਾਰਕ ਹੀ ਵੇਚਾਂਗੇ ਸਾਨੂੰ ਇਹ ਕਾਨੂੰਨ ਨਹੀਂ ਚਾਹੀਦਾ ਵੱਧੋ ਵੱਧੀ ਸਰਕਾਰ ਸਾਡੇ ਤੇ ਕਾਨੂੰਨ ਥੋਪ ਰਹੀ ਹੈ ਫਿਰ ਕਾਨੂੰਨ ਜੇ ਥੋਪੇਗੀ ਤਾਂ ਫਿਰ ਸਰਕਾਰ ਨੂੰ ਫਿਰ ਭੁਗਤਣਾ ਪਏਗਾ ਸੰਘਰਸ਼ ਕਰਾਂਗੇ ਫਿਰ ਅਸੀਂ ਵੀ ਅਰੇ ਸਾਥੇ ਜੋ ਸਵਨਕਰ ਸੰਗ ਵੈਲਫੇਅਰ ਸੁਸਾਇਟੀ ਕੇ ਜ਼ਿਲ੍ਹਾ ਪ੍ਰਧਾਨ ਅਸ਼wini ਕਾਲੇਸ਼ਾ ਜੀ इनसे ਬਾਤਚਿਤ ਕਰਤੇ ਆਂ ਹਾਂਜੀ ਕਾਲੇਸ਼ਾ ਪ੍ਰੈਜ਼ੀਡੈਂਟ ਜ਼ਿਲ੍ਹਾ ਸਵਨਕਰ ਸੰਗ ਚੋ ਜਿਹੜਾ UID ਕੋਡ ਲੱਗਾ ਅਸੀਂ ਉਹਦਾ ਵਿਰੋਧ ਕਰਦੇ ਆਂ ਜਿਹੜਾ ਹੋਲ ਮਾਰਕਿੰਗ ਆ ਅਸੀਂ ਉਹਦਾ ਸਮਰਥਨ ਦਿੰਦੇ ਆ ਅੱਗੇ ਵੀ ਜਿਹੜਾ ਹੋਲ ਮਾਰਕ ਦਾ ਜਿਹੜਾ ਸਮਾਨ ਪਹਿਲੇ ਚੱਲਿਆ ਸੀਗਾ ਜਿਹੜੇ ਤਿੰਨ ਨੰਬਰ ਲੱਗ ਰਹੇ ਨੇ ਉਹ ਤੇ ਅਸੀਂ ਉਹਦੇ ਨਾਲ ਸਹਿਮਤ ਆ ਜਿਹੜੇ ਯੂਆਈਡੀ ਕੋਡ ਅਸੀਂ ਉਹਦੇ ਨਾਲ ਸਹਿਮਤ ਨਹੀਂ ਕਰ ਰਹੇ ਕਿ ਜਿਹੜਾ ਸਾਡਾ ਸਵਰਨਕਾਰ ਆ ਉਹਦਾ ਪੜਿਆ ਲਿਖਿਆ ਨਹੀਂ ਹੈਗਾ ਇਹ ਜਿਹੜੇ ਯੂਆਈਡੀ ਕੋਡ ਹੈ ਮਲਟੀਨੇਸ਼ਨਲ ਕੰਪਨੀਆਂ ਜਿਹੜੀਆਂ ਅੰਦਰ 100 100 ਕਿਲੋ 1000 1000 ਕਿਲੋ ਸੋਨਾ ਇੱਕ ਵਾਰੀ ਅੰਦਰ ਵੜਦਾ ਉਹਦੀ ਮੈਨੂਫੈਕਚਰਿੰਗ ਹੋ ਕੇ ਬਾਹਰ ਆਂਦੀ ਹੈ ਉਹਨਾਂ ਤੇ ਲੱਗ ਹੁੰਦਾ ਵਾ ਗਵਰਨਮੈਂਟ ਦਾ ਕੰਮ ਆ ਕਾਰੀਗਰ ਵਸਾਣਾ ਇੰ ਜਦੋਂ ਕਿ 856 ਜਿਹੜੇ ਆਪਣੇ ਜ਼ਿਲ੍ਹੇ ਨੇ ਹਿੰਦੂਸਤਾਨ ਦੇ ਵਿੱਚ 226ਾਂ ਦੇ ਵਿੱਚ ਜਿਹੜਾ ਹੈਗਾ ਹੋਲਮਾਰਕ ਸੈਂਟਰ ਹੈਗੇ ਬਾਕੀ ਚ ਹੈਗਾ ਨਹੀਂ ਜੇ ਅਸੀਂ ਪ੍ਰੋਟੋਕੋਲ ਨਾਲ ਚੱਲੀਏ ਕਾਊਟੂ ਲਾ ਚੱਲੀਏ ਇਹ ਲਾਗੂ ਹੋ ਨਹੀਂ ਸਕਦਾ ਕਿਉਂਕਿ ਸਾਡੇ ਕੇਸਵਨ ਦਾ ਭਰਾ ਜਿਹੜੇ ਹੈ ਜਿਨ੍ਹਾਂ ਨੂੰ ਹੱਲੇ ਤੱਕ ਪਤਾ ਨਹੀਂਗਾ ਵੀ ਅਸੀਂ ਕੋਰਟ 'ਚ ਵੀ ਜਾ ਸਕਦੇ ਆ ਜੇ ਸਰਕਾਰ ਸਾਡੀ ਮੰਗ ਨਹੀਂ ਮੰਨੇਗੀ ਨਾ ਅਸੀਂ ਸੁਪਰੀਮ ਕੋਰਟ ਹਾਈ ਕੋਰਟ ਦਾ ਜੋ-ਜੋ ਦਰਵਾਜ਼ੇ ਖੜਕਾਣੇ ਪੈਣਗੇ ਅਸੀਂ ਆਪਣੇ ਹੱਕ ਪਿੱਛੇ ਲੜਾਈ ਲੜਾਂਗੇ 1962 'ਚ ਜਦੋਂ ਗੋਲਕਰਨ ਐਕਟ ਲੱਗਾ ਸੀਗਾ ਉਸਲੇ ਪੁਰਜੋਰ ਸੰਗਠਨ ਕੀਤਾ ਸੀਗਾ ਉਦੋਂ ਵੀ ਉਸ ਤੋਂ ਬਾਅਦ ਜਿਹੜਾ ਉਸਲੇ ਜਿਹੜਾ ਸੀ 14 ਕੈਰਟ 18 ਕੈਰਟ 22/18 ਤੇ 22 ਕਟ ਦਾ ਮਾਲ ਚੱਲਦਾ ਸੀ ਅਸੀਂ ਗਵਰਨਮੈਂਟ ਦੀਆਂ ਹਦਾਇਤਾਂ ਦੇ ਅਕੋਰਡਿੰਗ ਉਹ ਮਾਲ ਬਣਾ ਕੇ 11 ਨੰਬਰ 12 ਨੰਬਰ ਸਾਡੇ ਰਜਿਸਟਰ ਲੱਗਦੇ ਸੀ ਰਸੀਵ ਐਂਡ ਇਸ਼ੂ ਵਾਲੇ ਉਹ ਲਾ ਕੇ ਅਸੀਂ ਸਾਰੀਆਂ ਹਦਾਇਤਾਂ ਪੂਰੀਆਂ ਕਰਕੇ ਮਾਲ ਵੇਚਦੇ ਰਹੇ ਸੀ ਉਸ ਦੌਰਾਨ ਸਾਡੇ ਲੋਕਾਂ ਨੂੰ ਸੀਗਾ ਵੀ ਸਾਡੇ ਤੇ ਇਨਸਪੈਕਟਰੀ ਰਾਜ ਲੱਗਾ ਅਸੀਂ ਉਹਦਾ ਵਿਰੋਧ ਕੀਤਾ ਸਾਡੇ ਤੇ ਗੂਲ ਕਨਰ ਐਕਟ ਖਤਮ ਹੋ ਗਿਆ ਹੁਣ ਮੁੜ ਜਦੋਂ ਦੀ ਬੀਜੇਪੀ ਸਰਕਾਰ ਆਈ ਆ ਸਾਡੇ ਤੇ ਫੇਰ ਇਨਸਪੈਕਟਰੀ ਲਾਗੂ ਕਰ ਰਹੀ ਆ ਛੋਟੇ ਛੋਟੇ ਇਨਸਪੈਕਟਰਾਂ ਨੂੰ ਇੰਨੀਆਂ ਪਾਵਰਾਂ ਦਿੱਤੀਆਂ ਜੇ ਕਿਸੇ ਦਾ ਕੋਈ ਸੈਂਟਰ ਪਾਸ ਆ ਉਹਨੂੰ ਕੈਂਸਲ ਕਰਨ ਦੇ ਲਾਇਸੈਂਸ ਯੂਆਈਡੀ ਹੈਗਾ ਉਹਨੂੰ ਕੈਂਸਲ ਕਰਨ ਦੀ ਹੋਏਗਾ ਉਹਦਾ ਮਾਲ ਉਹ ਮੁੜ ਕੇ ਮਾਲ ਲੈਵੇ ਉਹਨਾਂ ਚੰਗਾ ਸਿੱਧੀਆਂ ਤੁਸੀਂ ਉਦਾਂ ਹੀ ਦੁਕਾਨਾਂ ਸੀਲ ਕਰ ਦਵੋ ਉਹਨਾਂ ਕੋਲ ਤੁਸੀਂ ਜਾ ਕੇ ਬੰਦੂਆ ਮਜ਼ਦੂਰ ਦੀ ਮਨਜ਼ੂਰੀ ਦੀ ਕਰ ਲਓ ਜਿਹੜੇ ਜਿਹੜੇ ਅਸੀਂ ਆਪਣੇ ਹੱਕ ਦੀਆਂ ਜਿਹੜੀਆਂ ਗੱਲਾਂ ਆ ਅਸੀਂ ਪੰਜਾਬ ਸਰਕਾਰ ਨੂੰ ਵੀ ਸੈਂਟਰ ਗਵਰਨਮੈਂਟ ਨੂੰ ਵੀ ਲਿਖ ਕੇ ਆਪਣੇ ਲੈਟਰ ਪੈਡ ਨੇ ਦਿੱਤੀਆਂ ਉਹ ਮੰਗਾਂ ਨੂੰ ਪਹਿਲ ਦੇ ਆਧਾਰ ਦੇ ਉੱਤੇ ਛੱਪਟ ਕਰਨ ਮੋਦੀ ਸਾਹਿਬ ਤੁਸੀਂ ਥੋੜਾ ਜਿਹਾ ਆਪ ਖਿਆਲ ਕਰੋ ਜਿਹੜੇ ਟਾੜੇ ਥੱਲੇੜੇ ਚੀਲੇ ਚਾਂਡੇ ਚੋਰਾਜਾ ਤੇ ਜੰਗਲ ਰਾਜ ਚਲਾਇਆ ਇਹ ਖਤਮ ਹੋ ਜਵੇ ਨਹੀਂ ਦੇ ਤੁਸੀਂ ਇੰਨਾ ਇਨਸਪੈਕਟਰ ਕਰੋਗੇ ਜਿਹੜੇ ਲੋਕਾਂ ਨੇ ਤੁਹਾਨੂੰ ਵੋਟਾਂ ਪਾਈਆਂ ਉਹਨਾਂ ਮੁੜ ਕੇ ਵੋਟ ਨਹੀਂ ਪਾਣੀ ਮਤ ਸੋਚੋ ਵੀ ਸਵਨਕਾਰ ਥੋੜਾ ਸਵਨਕਾਰ ਬੋਝੇ ਇਹ ਸਿਰਫ ਜਾਗਰੂਤ ਹੋਣ ਹੋ ਪੈਣਾ ਜੇ ਹੁਣ ਹੁਣ ਜੇ ਜਾਗਰੂਤ ਹੋ ਗਿਆ ਤੇ ਮੁੜ ਤੋਂ ਢੜੀ ਵਾਪਸੀ ਨਹੀਂ ਜ ਹੋਣੀ ਪੀ ਉਸ ਗੋਲ ਜੀ ਬਹੁਤ ਸਮਝਦਾਰ ਨੇ ਇੰਨੀ ਕੀ ਜਿਆਦਾ ਸਮਝਦਾਰੀ ਨਾ ਦਿਖਾਨ ਜਿਹਦੇ ਵਿੱਚ ਸਵਨਕਾਰਾਂ ਨੂੰ ਬਿਲਕੁਲ ਹੀ ਮਾਰ ਦੇਣ ਤੁਸੀਂ ਹੋਲਮਾਰਕ ਨਾ ਹੋਲਮਾਰਕਰਾਓ ਜੋ ਸੈਂਟਰ ਦੀ ਜ਼ਿੰਮੇਵਾਰੀ ਬੰਦੀ ਹੈ ਸੈਂਟਰ ਦੇ ਸੁਰਤੇ ਸਿੱਟੋ ਸਾਡੇ ਲੋਕਾਂ ਦੇ ਨਾ ਪਾਓ ਫੇਰ ਛੂਟ ਦਿੰਦੇ ਵੀ 40 ਲੱਖ ਬੰਦੇ ਵਾਲਾ ਜਿਹੜਾ 40 ਲੱਖ ਰੁਪਏ ਦੇ ਜਿੰਨੂੰ ਅਗੀ ਹੈ ਕੋਈ ਕੰਮ ਕਰੇਗਾ ਉਹਨੂੰ ਛੂਟ ਆ ਪਰ ਹੋਲਮਾਰਕ ਵਾਲਾ ਮਾਲ ਨਹੀਂ ਵੇਚ ਸਕਦਾ ਕਿਉਂ ਨਹੀਂ ਵੇਚ ਸਕਦਾ ਉਹਨੇ ਬੱਚੇ ਕਿੱਥੋਂ ਪਾਲਨੇ ਆ ਜਦ ਦੀ ਪੱਕੀ ਉਹਦੀ ਮਜ਼ਦੂਰੀ ਲਾ ਦੋ ਵੀ ਤਾਂ ਇਤ ਮਹੀਨੇ ਬਾਅਦ ਤੇਰੇ ਖਾਤੇ ਜਿੰਨੇ ਪੈਸੇ ਪਾ ਦੇ ਤੈਨੂੰ ਕੰਮ ਕਰਨ ਦੀ ਲੋੜ ਨਹੀਂ ਜਿੱਦਾਂ ਫੋਰਨ ਜੇ ਲੱਗੇ ਨੇ ਇਸ ਕਰਕੇ ਅਸੀਂ ਸੈਂਟਰਲ ਗਵਰਨਮੈਂਟ ਅੱਗੇ ਹਮ ਰਿਕਵੈਸਟ ਕਰਦੇ ਆ ਜਨਾਬ ਇਸ ਜੀ ਦੇ ਉੱਤੇ ਮੁੜ ਵਿਚਾਰ ਕੀਤਾ ਜਾਵੇ ਜਿਹੜੀ ਅਖਲ ਭਾਰਤੀ ਸੁਨਕਾਰ ਸੰਗਤ ਜਿਸ ਝੰਡੇ ਥੱਲੇ ਸੀ ਆਪਣਾ ਸਾਰੀ ਐਜੀਟੇਸ਼ਨ ਚਲਾਉਂਦੇ ਆ ਉਹਨੂੰ ਨਾਲ ਵਿੱਚ ਬਾ ਕੇ ਉਹਦੀ رائے ਲਈਤੀ ਜਾਵੇ ਇਹ ਨਹੀਂ ਹੈਗੀ ਮਲਟੀਨੇਸ਼ਨ ਕੰਪਨੀਆਂ ਦੇ ਜਿਹੜੇ ਬੰਦੇ ਆ ਜਿਹੜੇ 5000 ਕਰੋੜ ਦੇ ਮਾਲਕ ਆ 10000 ਕਰੋੜ ਦੇ ਮਾਲਕ ਆ ਉਹਨਾਂ ਨੂੰ ਬਾ ਕੇ ਲਈਤੀ ਗਈ ਹੈ ਤੁਸੀਂ ਕਹਿੰਦੇ ਵੀ ਅਸੀਂ ਮਜ਼ਦੂਰਾਂ ਦੇ ਨਾਲ ਆ ਆਪਣੀਆਂ ਪੁਰਾਣੀਆਂ ਸਪੀਚਾਂ ਮੋਦੀ ਸਾਹਿਬ ਸੁਣ ਲਓ ਜਿੱਚ ਕਹਿੰਦੇ ਸਵਨ ਕਰ ਮਜ਼ਦੂਰ ਹੈ ਬੜੀ ਮਿਹਨਤ ਕਰਦਾ ਅੱਗੇ-ਅੱਗੇ ਬੈ ਕੇ ਕੰਮ ਕਰਦਾ ਉਹ ਕਰਦਾ ਉਹਨੂੰ ਯਾਦ ਰੱਖਿਓ ਪਛੋਕਰ ਨਹੀਂ ਭੁੱਲਣਾ ਚਾਹੀਦਾ ਜੇ ਨੂੰ ਬਚਾਉਣਾ ਚਾਹੁੰਦੇ ਜੇ ਇਹਨੂੰ ਮੁਰਤੇ ਵਿਚਾਰ ਕਰਕੇ ਇਹਨੂੰ ਫੇਰ ਲਾਗੂ ਕਰਨ ਦੀ ਕੋਸ਼ਿਸ਼ ਕਰੋ ਜਾਂ ਸਾਰੇ ਹਿੰਦੁਸਤਾਨ 'ਚ ਤੁਸੀਂ ਹੋਲਮਾਰਕ ਸੈਂਟਰ ਖੋਲ੍ਹ ਲਓ 856 ਦੇ ਵਿੱਚ ਉਹ ਖੁੱਲ ਜਾਣ ਉਸ ਤੋਂ ਬਾਅਦ ਹੀ ਵੇਖ ਲਾਂਗੇ ਕਿੰਨੇ ਲੱਖ ਹਜ਼ਾਰ ਕਰੋੜ ਰੁਪਏ ਸਟਾਡਾ ਜਿਹੜਾ ਹੱਲੇ ਤੱਕ ਪੈਂਡਿੰਗ ਪਿਆ ਹੋਆ ਹੈ ਸਿਰਫ ਜਿਹੜੇ ਸ਼ਤਾਨ ਬੰਦੇ ਨੇ ਜਿਹੜੇ ਮਾਸਟਰਮਾਈਂਡ ਬੰਦੇ ਨੇ ਉਹਨਾਂ ਨੇ ਦੱਸਿਆ ਵੀ ਇਹਨਾਂ ਲੁੱਟਣਾ ਕਿੱਦਾਂ ਵਾ ਵੀ ਕਪੜਾ ਗਾਉਂ ਆ ਥਾਪੀ ਮਾਰਨੀ ਦੁੱਧ ਦੇ ਦੇ ਹੀ ਦੇਣਾ ਇਹਨਾਂ ਨੇ 3 ਰੁਪਏ ਕਿੰਨੇ ਪੈਸੇ ਪਰ ਪੀਸ ਮਗਰ ਸੈਂਟਰ ਗਵਰਨਮੈਂਟ ਨੇ ਲੱਗਣੇ ਕਿੰਨੇ ਹਜ਼ਾਰ ਕਰੋੜ ਰੁਪਇਆ ਇਹਨਾਂ ਨੇ ਜਿਹੜੀ ਲਿਕਰ ਮਣੀ ਸਨਕਾਰਾਂ ਕੋ ਖੋ ਕੇ ਲੈ ਜੰਨੀ ਆ ਸਿਰਫ ਇੱਕ ਡਰਾਮੇਬਾਜ਼ੀ ਕਰਕੇ ਪਹਿਲੇ ਸੈਂਟਰ ਸਾਰੇ ਬਣਾ ਲਓ ਹਿੰਦੁਸਤਾਨ ਚ 856 ਨੇ 856 ਇਹਨੇ ਲੱਖਾ ਜੀ ਜੇ ਦਾਖਲੇ ਭਾਰਤੀ ਸੁਨ ਸੈਕਟਰ ਸਾਹਿਬ ਨੇ ਕਿਹਾ ਨੇ 855 ਪਹਿਲੇ ਉਤੇ ਬਣਾ ਲਓ ਬਣਾਉਣ ਤੋਂ ਬਾਅਦ ਫਿਰ ਮੁੜ ਵਿਚਾਰ ਕਰ ਲਓ ਵੀ ਅਸੀਂ ਹੋਲ ਮਾਰਕ ਕਰਨਾ ਜਾਂ UID ਨੰਬਰ ਲਾਣੇ ਆ ਚੰਨ ਵੱਡੇ ਘਰਾਨਾ ਨੂੰ ਖੁਸ਼ ਕਰਨ ਪਿਛੇ ਮਜ਼ਦੂਰ ਤਬਕਾ ਅਸੀਂ ਨਾ ਮਾਰਦੀਏ ਅਸੀਂ ਫਿਰ ਤੁਹਾਨੂੰ ਹਮ ਰਿਕਵੈਸਟ ਕਰਦੇ ਹਾਂ ਮੋਦੀ ਸਾਹਿਬ ਅਮਿਸ਼ਾ ਜੀ ਪਿਊਸ਼ ਗੋਲ ਜੀ ਪ੍ਰਾਈਮ ਮਿਹਰਬਾਨੀ ਕਰਕੇ ਇਹਨੂੰ ਜਿਹੜਾ ਹੈਗਾ ਮੁੜ ਵਿਚਾਰ ਕਰਕੇ ਨਵਾਬ ਚੱਲ ਲਓ ਜਿਹੜੇ ਹੋਲ ਮਾਰਕਿੰਗ ਦੀ ਰਿਟੇਲ ਚੱਲਦੀ ਵੀ ਉਸੇ ਤਰੀਕੇ ਨਾਲ ਜਿਹੜਾ ਆਪਣਾ ਡਾਕੂਮੈਂਟ ਲੈ ਚੋ ਜੀਐਸਟੀ ਜੇਹੀ ਤੁਹਾਨੂੰ ਸਭ ਕੁਝ ਆ ਚੁੱਕੇ ਸਾਡੇ ਕੋਲ ਹੈਗਾ ਐ ਨਹੀਂ ਹੈਗਾ ਹੁਣ ਅਸੀਂ ਇਸੇ ਕੰਮ ਤੇ ਲੱਗੇ ਰਿਹਾ ਬਾਰ-ਬਾਰ ਸਟਾਕ ਦੱਸਿਆ ਕਿ ਚੋਰ ਚੱਕਾ ਵੇ ਜਿਹੜਾ ਮਰਜ਼ੀ ਸਾਨੂੰ ਲੁੱਟ ਕੇ ਲੈ ਜਾਵੇ। ਪਰ ਆਪ ਮਿਹਰਬਾਨੀ ਕਰਕੇ ਜਿਹੜਾ ਟਾਡਾ ਇਹ ਚ ਯੂਆਈਡੀ ਦਾ ਕੋਡ ਦਾ ਸਿਸਟਮ ਹੈ ਇਹਨੂੰ ਖਤਮ ਕਰੋ। ਜਿਹੜਾ ਹੋਲ ਮਾਰਕ ਦਾ ਸਿਸਟਮ ਹੈ ਅਸੀਂ ਸਾਰੀ ਸਵੰਕਰ ਬਰਾਦਰੀ ਉਹਦਾ ਅਸੀਂ ਬਿਆਲ ਕੰਮ ਕਰਦੇ ਆਂ। ਅੱਗੇ ਵੀ ਅਸੀਂ ਉਹੀ ਹੋਲ ਮਾਰਕ ਦਾ ਮਾਲ ਵੇਚ ਰਹੇ ਆਂ। ਹੁਣ ਗਾਂ ਵੀ ਅਸੀਂ ਹੋਲ ਮਾਰਕ ਦਾ ਹੀ ਮਾਲ ਵੇਚਾਂਗੇ। ਦੂਜਾ ਯੂਆਈਡੀ ਨੰਬਰ ਸਾਡੇ ਕੋਲੋਂ ਨਹੀਂ ਲੱਗ ਸਕਦਾ। ਜੈ ਹਿੰਦ। ਹਮਾਰੇ ਸਾਥੇ ਡਿੰਪਲ ਸਿੰਘ ਰਾਜਪੂਰ ਜੀ इनसे ਵੀ ਬਾਤਚੀਤ ਕਰਤੇ ਆਂ। ਹਾਂ ਜੀ ਟੈਨਾ ਚਾਹੁੰਦੇ ਜੋ ਵੀ ਸਾਡੇ ਸੀਨੀਅਰ ਪ੍ਰਧਾਨ ਪੰਜਾਬ ਪ੍ਰਧਾਨ ਜਿਹੜਾ ਪ੍ਰਧਾਨ ਨਕਿਆ ਜਿਹੜਾ ਜੀ ਐਚਯੂਆਈਡੀ ਦਾ ਹਾਂ ਜੀ ਅਸੀਂ ਇਸ ਚੀਜ਼ ਦਾ ਵਿਰੋਧ ਕਰਦੇ ਹਾਂ ਜੋ ਸਾਡੇ ਜ਼ਿਲ੍ਹਾ ਪ੍ਰਧਾਨ ਪੰਜਾਬ ਪ੍ਰਧਾਨ ਉਹਨਾਂ ਨੇ ਆਪਣਾ ਆਲ ਇੰਡੀਆ ਸੈਕਟਰੀ ਸਾਹਿਬ ਨੇ ਕਿਹਾ ਜਿਹੜਾ ਕਾਨੂੰਨ ਹੈ ਐਚਯੂਆਈਡੀ ਦਾ ਅਸੀਂ ਇਹਦਾ ਵਿਰੋਧ ਕਰਦੇ ਹਾਂ ਇਹ ਕਾਨੂੰਨ ਨਹੀਂ ਲੱਗਣਾ ਚਾਹੀਦਾ ਕਿਉਂਕਿ ਇਹਦਾ ਇਹਦੇ ਨਾਲ ਆਉਣ ਵਾਲਾ ਜਿਹੜਾ ਸਮਾਨ ਹੈ ਸਵਨਕਾਰ ਸੰਗ ਭਰਾਵਾਂ ਦਾ ਜੋ ਬਹੁਤ ਮਾੜਾ ਆਏਗਾ ਇਹਦਾ ਅਸਰ ਬਹੁਤ ਮਾੜਾ ਪਵੇਗਾ ਹਮਾਰੇ ਸਾਥੇ ਜੋ ਸਵਨਕਰ ਸੰਗ ਵੈਲਫੇਅਰ ਸੁਸਾਇਟੀ ਕੇ ਪੰਜਾਬ ਪ੍ਰਧਾਨ ਸ਼੍ਰੀ ਨਾਮੇਸ਼ਾ ਜੀ इनसे बातचीत करते हैं हां जी सर मैं के विरोध कर रहे हैं सारे की कहना चाहोगे तुसी assi ajj sareyene itthe meeting kar reye haa jile kale shadi maki amritsar ch agge vi hi kai jile jaake eh meeting hoiyan vaa eh sarkar ne jera sade de kanun nava laaya vaa is kanun te sarey jile ch ahi jaake dekhya boss ਜਾਦਾ ਮਗਰੋਸਾ ਇਹ ਲਖਵੀਰ ਸਿੰਘ ਲਖਾਜੀ ਨੇ ਹੁਣੇ ਤੁਹਾਡੇ ਸਾਹਮਣੇ ਇਹ ਕਿਹਾ ਵਾ ਕਿ 800 ਕਿੰਨੇ ਜ਼ਿਲੇ ਆ ਅਜੇ ਤੱਕ ਇਹਨਾਂ ਕੋ 256 ਹੌਲ ਮਾਰਕਸ ਸੈਂਟਰ ਮਗਰੀ ਸਿਰਫ ਤਿਆਰ ਹੋਇਆ ਇਹਦਾ ਮਤਲਬ ਸਰਕਾਰ ਕੋ ਅਜੇ ਤੱਕ ਪੂਰਾ ਮਗਰੀ ਇਹਦਾ ਸਿਸਟਮ ਵੀ ਨਹੀਂ ਤਿਆਰ ਹੋਇਆ ਤੇ ਇਹਨੇ ਸਾਡੇ ਦੇ ਇਹ ਇਹ ਵਾਲਾ ਕਾਨੂੰਨ ਮਗਰੀ ਲਾਗੂ ਕਰਤਾ ਵਾ ਇਸ ਕਾਨੂੰਨ ਸਾਡੇ ਦੇ ਲਾਗੂ ਕਰਨ ਦਾ ਇਹ ਮਤਲਬ ਆ ਕਿ ਸਾਡੇ ਕਈ ਛੋਟੇ ਕਾਰੋਬਾਰੀ ਜਿਹਦੇ ਛੋਟੇ ਸਰਨਕਾਰ ਸਾਡੇ ਭਰਾ ਨੇ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਬ੍ਰੈਂਡਰ ਕੰਪਨੀਆਂ ਜਿਹੜਾ ਮਾਲ ਵੇਚਣਾ ਚਾਹੁੰਦੀਆਂ ਉਹ ਵੇਚਣ ਜਿਹੜੇ ਛੋਟੇ ਕਾਰੀਗਰ ਛੋਟੇ ਦਾਰੇ ਦੇ ਮਾਲਕ ਆ ਉਹਨਾਂ ਨੂੰ ਇਹਦੇ ਚ ਕਾਰੋਬਾਰ ਇਸ ਸਮਗ ਕਾਨੂੰਨ ਚੋਂ ਬਾਹਰ ਮੋਗੀ ਕੱਢਿਆ ਜਾਵੇ ਹੋਰ ਮਾਲ ਇੱਕ ਮਾਲ ਵੇਚਣ ਦਾ ਸਾਡੇ ਨਾਲ ਇਹਨਾਂ ਨੇ ਇਹ ਮੰਗੀ ਇੱਕ ਛਿਟਮ ਕੀਤਾ ਸੀ ਇਹਨਾਂ ਨੇ ਸੰਗਠਨ ਆਪਣੇ ਨਾਲ ਆਪ ਤਿਆਰ ਇੱਕ ਕਰਕੇ ਕਿ ਉਸ ਬੰਦੇ ਨਾਲ ਹੀ ਇਹਨਾਂ ਨੇ ਮੀਟਿੰਗ ਕਰ ਲਈ ਏ ਕਿ ਜਦ ਕੀ ਸਾਡਾ 50 ਸਾਲ ਤੋਂ ਅਖਰ ਭਾਰਤੀ ਸੌਰਨਕਰ ਸੰਗਦਿਆ ਮਗਰ ਸੰਗਠਨ ਇੱਕ ਚੱਲਦਾ ਪਿਆ ਸੀ ਇਹਨਾਂ ਵਿੱਚੋਂ ਕੋਈ ਮੈਂਬਰ ਇਹਨਾਂ ਨੇ ਲੈ ਕੇ ਆਪਣੇ ਨਾਲ ਮੀਟਿੰਗ ਕੋਈ ਨਹੀਂ ਕੀਤੀ ਜਦ ਕੀ ਇਹ ਕਾਨੂੰਨ ਇਹ ਚੱਲ ਹੀ ਨਹੀਂ ਸਕਦਾ ਇਸ ਕਾਨੂੰਨ ਦੇ ਹੱਕ ਵਿੱਚ ਪੂਰਾ ਹਿੰਦੁਸਤਾਨ ਇਸ ਕਾਨੂੰਨ ਨੂੰ ਮੰਨਦਾ ਹੀ ਨਹੀਂ ਕਿਰਪਾ ਕਰਕੇ ਇਹ ਸਰਕਾਰ ਨੂੰ ਚਾਹੀਦਾ ਇਸ ਕਾਨੂੰਨ ਨੂੰ ਜਲ ਤੋਂ ਜਲਦ ਵਾਪਸ ਲਿੱਤਾ ਜਾਵੇ ਨੇ ਤੇ ਸਾਰੇ ਸੋਨਕਰ ਸੰਗ ਸਾਡਾ ਪੂਰਾ ਸੋਨਕਰ ਸਮਾਜ ਇਸ ਕਾਨੂੰਨ ਦੇ ਕਾਰਨ ਮਾਰੇ ਜਾਏਗਾ ਕਿ ਇਹ ਅਸੀਂ ਸਰਕਾਰ ਨੂੰ ਇਹੋ ਹੀ ਬੇਨਤੀ ਕਰਦੇ ਹਾਂ ਕਿ ਇਸ ਕਾਨੂੰਨ ਨੂੰ ਵਾਪਸ ਲਿੱਕਾ ਜਾਵੇ ਹੌਲ ਮਾਰਕ ਮਾਲ ਅਸੀਂ ਵੇਚਣ ਨੂੰ ਹਰ ਵਲੇ ਤਿਆਰ ਹੈਗੇ ਹਾਂ ਹੌਲ ਮਾਰਕ ਸੈਂਟਰ ਵਾਲਿਆਂ ਦੀ ਜ਼ਿੰਮੇਵਾਰੀ ਇਸ ਵਿੱਚ ਹੋਣੀ ਚਾਹੀਦੀ ਹੈ ਜੈ ਜੀ ਹਾਂਜੀ ਮਨੀਸ਼ ਕੁਮਾਰ ਜੀ ਮੈਂ ਕੀ ਕਹਿਣਾ ਚਾਹੁੰਦੇ ਜੇ ਜਿਹੜਾ ਐਚ ਯੂ ਆਈ ਡੀ ਦਾ ਕੋਡ ਮਤਲਬ ਯੂਨਿਟ ਕੋਡ ਲੱਗਾ ਕੀ ਕਰੇ ਜਿਸ ਤਰ੍ਹਾਂ ਸਾਡੇ ਸੀਨੀਅਰ ਪ੍ਰਧਾਨਾਂ ਨੇ ਕਿਹਾ ਹੈ ਸਾਰੇ ਜਣੇ ਅਸੀਂ ਸੇਮ ਸਾਰੇ ਜਣੇ ਵਿਰੋਧ ਕਰ ਰਹੇ ਹਾਂ ਜੁਆਈਡੀ ਦਾ ਹਾਲਮਾਰਕਿੰਗ ਦਾ ਕੋਈ ਵੀ ਬੰਦਾ ਵਿਰੋਧ ਨਹੀਂ ਕਰ ਰਿਹਾ ਔਰ ਸਾਰੇ ਜਣੇ ਸਵਾਗਤ ਕਰ ਰਹੇ ਨੇ ਜਿਹੜਾ ਮੰਡੈਟਰੀ ਹਾਲਮਾਰਕ ਕੀਤਾ ਹੈ ਸਰਕਾਰ ਨੇ ਔਰ ਸਾਰੇ ਜਣੇ ਸਵਾਗਤ ਕਰ ਰਹੇ ਨੇ ਪਰ ਜਿਹੜਾ ਸਰਕਾਰ ਨੇ ਨਵਾਂ ਕਾਨੂੰਨ ਲਾ ਦਿੱਤਾ ਜਿਹੜਾ ਕਿ 1 ਜੁਲਾਈ ਤੋਂ ਵਿੱਚ ਮਤਲਬ ਸਮਝੋ ਐਡਜਸਟ ਕੀਤਾ ਗਿਆ ਜਿਹੜਾ ਕਿ ਪਹਿਲੇ ਹੈ ਹੀ ਨਹੀਂ ਸੀ ਜਿਹੜਾ ਐਸਯੂਆਈਡੀ ਦਾ ਇਹਨਾਂ ਨੇ ਵਿੱਚ ਇੱਕ ਪੋਰਟਲ ਵਾਰਤਾ ਉਹ ਸਾਡੇ ਕਿਸੇ ਨੂੰ ਵੀ ਐਸੈਪਟੇਬਲ ਨਹੀਂ ਹੈ ਉਹ ਉਸ ਵਜ੍ਹਾ ਨਾਲ ਹੀ ਸਾਰੇ ਜਣੇ ਇਹਦਾ ਵਿਰੋਧ ਕਰ ਰਹੇ ਆ ਕਿਉਂਕਿ ਉਹ ਸਾਡੀ ਕਿਸੇ ਦੀ ਵੀ ਕੰਮ ਕਰਨ ਦੇ ਵਿੱਚ ਨਾ ਉਹ ਸਹੀ ਨਹੀਂ ਹੈ ਇਸ ਕਰਕੇ ਜਿਸ ਤਰ੍ਹਾਂ ਸਾਡੇ ਸਾਰੇ ਪ੍ਰਧਾਨ ਕਹਿ ਰਹੇ ਨੇ ਅਸੀਂ ਪੂਰਾ ਵਿਰੋਧ ਕਰ ਰਹੇ ਹਾਂ ਬਾਕੀ ਠੀਕ ਸਰ ਜਿਸ ਤਰ੍ਹਾਂ ਮਤਲਬ ਨਹੀਂ ਸਰਕਾਰ ਵਾਪਸ ਲੈਂਦੀ ਤੇ ਫਿਰ ਕੀ ਕਰੋਗੇ ਫਿਰ ਜਿਸ ਤਰ੍ਹਾਂ ਸਾਡੇ ਸੀਨੀਅਰ ਪ੍ਰਧਾਨਾਂ ਨੇ ਕਿਹਾ ਕਿ ਐਜੀਟੇਸ਼ਨ ਕਰਨੀ ਪਏ ਜਾਂ ਕੁਝ ਵੀ ਕਰਨਾ ਪਏ ਉਹ ਫਿਰ ਸਾਨੂੰ ਉਹਲੇ ਕਦਮ ਚੁੱਕਨੇ ਪੈਣਗੇ ਕਿ ਸਰਕਾਰ ਨੂੰ ਜਗਾਉਣ ਵਾਸਤੇ ਜਿਹੜੀ ਸਰਕਾਰ ਸੁੱਤੀ ਹੋਈ ਹੈ ਉਹਨੂੰ ਜਗਾਉਣ ਵਾਸਤੇ ਸਾਨੂੰ ਕੁਛ ਨਾ ਕੁਛ ਤੇ ਕਰਨਾ ਹੀ ਪਏਗਾ ਆਪਣੇ ਹੱਕਾਂ ਦੀ ਲੜਾਈ ਤੇ ਲੜਨੀ ਪਏਗੀ ਨਹੀਂ ਤੇ ਕੱਲ ਨੂੰ ਸਾਡੇ ਬੱਚੇ ਅਗਰ ਸੜਕਾਂ ਤੇ ਆ ਜਾਣਗੇ ਸਾਡੀਆਂ ਅਗਰ ਦੁਕਾਨਾਂ ਬੰਦ ਹੋ ਜਾਣਗੀਆਂ ਤੇ ਕੱਲ ਨੂੰ ਅਸੀਂ ਕਿਹੜਾ ਕੰਮ ਕਰਾਂਗੇ ਅਸੀਂ ਸਾਰੀ ਜ਼ਿੰਦਗੀ ਇਹੀ ਕੰਮ ਕੀਤੇ ਨੇ ਦੂਸਰਾ ਕੰਮ ਕੋਈ ਕੀਤਾ ਨਹੀਂ ਤੇ ਕੱਲ ਨੂੰ ਇਹਨੂੰ ਆਪਣੇ ਬੱਚਿਆਂ ਲਈ ਲੜਾਈ ਲੜਨੀ ਪਏਗੀ ਸਾਰਾ ਕੁਝ ਕਰਨਾ ਪਏਗਾ ਆਪਣੀ ਟਰੇਡ ਵਾਸਤੇ ਆਪਣੇ ਵਪਾਰ ਵਾਸਤੇ ਸਾਨੂੰ ਸੜਕਾਂ ਤੇ ਵੀ ਆਉਣਾ ਪਏ ਤੇ ਅਸੀਂ ਹਿਆਨ ਨੂੰ ਤਿਆਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਿਸ ਤਰ੍ਹਾਂ ਕਿ ਸਾਡੇ ਪ੍ਰਧਾਨਾਂ ਨੇ ਸਾਰੇ ਆਲਰੇਡੀ ਸਾਰਾ ਕੁਝ ਦਾ ਦਿੱਤਾ ਹੈ ਇਸ ਤਰ੍ਹਾਂ ਅਸੀਂ ਵੀ ਇਹਨਾਂ ਦੇ ਨਾਲ ਆ ਤੇ ਐਚਯੂਆਈਡੀ ਪੁਰ ਜੋ ਨਿੰਦਾ ਕਰਦੇ ਆਈ ਸਰਕਾਰ ਨੂੰ ਬੇਨਤੀ ਕਰਨੀ ਹੈ ਕਿ ਇਹਨੂੰ ਜਲਦੀ ਜਲਦੀ ਵਾਪਸ ਲਾ